ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੋਗੇ। ਸ਼ੁਰੂ ਕਰਨ ਲੱਗੇ ਆਪਣਾ ਅੱਜ ਦਾ ਵਲੋਗ। ਸੋ ਜੀ ਟਾਈਮ ਜਿਹੜਾ ਹੋ ਚੁੱਕਿਆ 7:32, ਉੱਠ ਕੇ ਕੰਮ ਕਾਰ ਕਰਨ ਲੱਗ ਗਿਆ ਅਤੇ ਧੁੱਪ ਵੀ ਹੈ ਜਿਹੜੀ ਸੋਹਣੀ ਸੋਹਣੀ ਜੀ ਨਿਕਲਦੀ ਆਉਂਦੀ ਹੈਗੀ, ਅਤੇ ਚਲੋ ਲੱਗੀ ਹੈ ਫਿਰ ਕੰਮਾਂ ਕਾਰਾਂ ਨੂੰ। ਵੈਸੇ ਅੱਜ ਤਰੱਕੀ ਜਗ੍ਹਾ ਵਾ, ਸੰਧਿਆ ਉੱਠੇ ਸੀਗੇ, ਕਿੰਨੇ ਵਜੇ ਉੱਠੇ ਸੀਗੇ, 6:15 ਉੱਠ ਕੇ ਫਰੈਸ਼ ਫਰੁਸ਼ ਹੋ ਕੇ ਫਿਰ ਜੰਗਾਂ 'ਚ ਵੜ ਗਏ। ਅੱਜ ਕੰਮ ਤਰੱਕੀ ਜਾ ਮੰਮੀ, ਅੱਜ ਆਪਾਂ 6:15 ਉੱਠੇ ਜੀ, ਪਰ ਪਸ਼ੂਆਂ 'ਚ ਉਹੀ ਆਪਾਂ 7:30 ਹੀ ਆਏ ਹਾਂ। ਰੌਕੀ ਦੇਖ ਲਾ, ਰੌਕੀ ਵੇਖ, ਰੌਕੀ ਰੌਕੀ ਤੂੰ ਖੜਦਾ ਨੀ, ਕਿੱਥੇ ਪਿੰਜਰਾ ਲਿਆਈ ਬੈਠਾ ਘੜੀਸ ਘੜੀਸ ਕੇ, ਚੱਲ ਮਗਰ ਨੂੰ ਚੱਲ। ਅਜੇ ਠੰਡ ਬਹੁਤ ਆ ਬਾਹਰ, ਕੋਰੇ ਵਾਲਾ ਮਾਹੌਲ ਹੈਗਾ ਬਈ। ਓਏ ਹੋਏ ਹੋਏ ਹੋਏ, ਜਮਾਂ ਹੀ ਇੰਨੀ ਠੰਡ, ਪ੍ਰੋਗਰਾਮ ਆਕੜੀ ਜਾਵੇ ਬੰਦਾ। ਲੋ ਵੀ ਕਹਿੰਦੇ ਜੀਣੇ ਨੇ ਬੰਦੇ ਨੇ ਜਾਣਾ ਫਿਰੋਜ਼ਪੁਰ, ਚੜ੍ਹ ਜਾਓ ਰੇਲ ਗੱਡੀ 'ਤੇ। ਆ ਗਈ ਪੰਜਾਬੀਓ, ਪਤਾ ਨਹੀਂ ਹੈ ਕਿਹੜੀ ਪੰਜਾਬ ਮੇਲ ਆ ਇਹ ਕਿ ਜੰਮੂ ਦਾ ਵੀ, ਜੰਮੂ ਦਾ ਵੀ ਤਾਂ ਸ਼ਾਮ ਨੂੰ ਜਾਂਦੀ ਆ। ਭਾਵੇਂ ਨਾ ਬਈ 8:00 ਹੈਗੇ, ਪਰ ਨਾ ਧੁੱਪ ਵੀ ਬਹੁਤ ਖਤਰਨਾਕ ਕਰੜੀ ਹੈਗੀ, ਐਨ ਚਿਲ ਆ, ਚਿਲਡ ਨਹੀਂ ਸੋਰੀ ਕਹੀ ਨਾ, ਪੂਰੀ ਖਤਰਨਾਕ ਮਤਲਬ ਗਰਮੈਸ਼ ਆ ਪੂਰੀ। ਪਰ ਨਾ ਸਾਡੀ ਠੰਡ ਉੱਨੀ ਲੱਗ ਰਹੀ ਹੈ ਯਾਰ, ਜਿੰਨੀ ਕੁ ਧੁੱਪ ਲੱਗ ਰਹੀ ਹੈ ਤਿੱਖੀ, ਉੱਨੀ ਕੁ ਠੰਡ ਤਿੱਖੀ ਲੱਗ ਰਹੀ ਆ। ਅਤੇ ਮਿਰਚਾਂ ਵੀ ਜਿਹੜੀਆਂ ਆਪਣੀਆਂ ਲੱਗ ਚੁੱਕੀਆਂ ਸ਼ੇਰ ਵੱਗੀਆਂ, ਸਵੇਰ 'ਚ ਆਪਾਂ 2-3 ਵਰਾਇਟੀਆਂ ਲਾਤੀਆਂ, 40-50 ਬੂਟੇ ਲਾਤੇ ਸ਼ਿਮਲਾ ਮਿਰਚਾਂ ਦੇ ਘਰੇ ਖਾਣ ਖੂਣ ਨੂੰ। ਅਤੇ ਬਾਕੀ ਜਿਹੜੀਆਂ ਗੀਆਂ 100-125 ਬੂਟਾ ਲਾਤਾ ਦੂਜਾ ਆਪਣਾ ਅਚਾਰੀ, ਅਤੇ ਕੌੜੀਆਂ ਕੂੜੀਆਂ ਜਿਹੜੀਆਂ ਮਿਰਚਾਂ ਹੁੰਦੀਆਂ ਸੀ ਸਾਰੀਆਂ ਮਿਕਸ ਜਿਹੀਆਂ ਕਰਕੇ। ਅਤੇ ਲਓ ਵੀ ਇੱਕ ਦੀ ਆਪਾਂ ਧਾਰ ਜਿਹੜੀ ਕਢਾ ਆਏ ਹਾਂ ਜਿਹੜੀ ਹਿਲਦੀ ਆ, ਬਾਕੀ ਦੀਆਂ ਧਾਰਾਂ ਜਿਹੜੀਆਂ ਮੰਮੀ ਵਰਗੀਆਂ ਆਪੇ ਕੱਢ ਲੈਣਗੀਆਂ, ਅਤੇ ਉਹ ਤੋਂ ਬਾਅਦ ਆਪਾਂ ਨੂੰ ਕਰ ਦੇਣਗੇ ਫੋਨ। ਫੋਨ ਤਾਂ ਕੀ ਕਰਨਾ ਗਾ ਸੋਰੀ, ਬਾਅਦ 'ਚ ਆਪਾਂ ਜਦੋਂ ਸੈਰ ਕਰਕੇ ਆ ਗਏ ਫਿਰ ਚਾਹ ਪਾਣੀ ਪੀ ਕੇ ਫਿਰ ਹੀ ਪਸ਼ੂ ਪਸ਼ੂ ਬਾਕੀ ਬੰਨਾਂਗੇ। ਅਤੇ ਆਹ ਆਪਣੇ ਰਾਖਾ ਬੈਠ ਗਿਆ, ਰਾਤ ਨੂੰ ਕਹਿੰਦੇ ਨਾ ਵਾਰ ਵੂਰ ਖੋਲ੍ਹ ਕੇ ਤੁਰ ਜਾਂਦਾ ਕੋਈ ਨਾ ਕੋਈ, ਕਈ ਵਾਰੀ ਜਿੰਦਰਾ ਨਹੀਂ ਵੀ ਲੱਗਿਆ ਹੁੰਦਾ, ਫਿਰ ਤਾਂ ਕਰਕੇ ਰਾਖਾ ਹੀ ਭਾਤਾ। ਹੁਣ ਇਹ ਤੜਕੇ 10:00 ਤਾਂ ਨਹੀਂ ਹੁੰਦਾ ਇੱਥੇ, ਅਤੇ ਸ਼ਾਮ ਨੂੰ ਆ ਜਾਂਦਾ 5-6 ਵਜੇ, ਅਤੇ ਸਾਰੀ ਰਾਤ ਫਿਰ ਲੈਂਦਾ ਆਨੰਦ, ਜੇ ਕੋਈ ਆਉਂਦਾ ਤਾਂ ਬਾਹਰ ਖੋਲ੍ਹ ਦਿੰਦਾ, ਨਹੀਂ ਤਾਂ ਅੜਿਆ ਰਹਿਣ ਦਿੰਦਾ ਹੈਗਾ। ਸੋ ਚਲੋ ਕਰਿਆ ਅੱਗੇ ਸੈਰ ਫਿਰ। ਵੈਸੇ ਯਾਰ ਨਾ ਆਹ ਪਹਾੜਾਂ ਵਾਲੀ ਠੰਡ ਜੀ ਨਹੀਂ ਹੁੰਦੀ ਜਿਵੇਂ ਹੁਣ ਅੱਜ ਕੱਲ੍ਹ ਨਾ ਪਹਾੜਾਂ 'ਚ ਧੁੱਪ ਨਿਕਲਦੀ ਹੈ ਪੂਰੀ ਕਰੜੀ, ਪਰ ਠੰਡ ਜਿਹੜੀ ਫੁੱਲ ਰਹਿੰਦੀ ਆ ਉਹ ਹਿਸਾਬ ਕਿਤਾਬ ਆ, ਮਤਲਬ ਧੁੰਦ ਧੁੱਪਾ ਜਿਹਾ ਹੈ ਨੀਗਾ, ਜਾਂ ਬਰਫ਼ ਹੀ ਪੈਂਦੀ ਹੈਗੀ। ਬਰਫ਼ ਤਾਂ ਚਲੋ ਆਪਾਂ ਕੀ ਕਰਾਉਣੀ ਪਵਾ ਕੇ, ਪਰ ਠੰਡ ਥੋੜ੍ਹੀ ਜਿਹੀ ਘੱਟ ਜੇ, ਥੋੜ੍ਹੀ ਗਰਮੈਸ਼ ਵੱਧ ਜੇ। ਪਰ ਯਾਰ ਨਾ ਜਿਹੜਾ ਆਪਣਾ ਇਨਸਾਨ ਆ ਨਾ ਇਹ ਸੁੱਖ ਨਹੀਂ, ਸੁਖੀ ਨਹੀਂ ਹੁੰਦਾ ਕਿਤੇ ਵੀ, ਸੁਖੀ ਐਂ ਨਹੀਂ ਹੁੰਦਾ ਹੈਗਾ ਬਈ। ਜਦੋਂ ਠੰਡ ਹੁੰਦੀ ਆ ਉਦੋਂ ਗਰਮੀ ਚਾਹੀਦੀ ਹੁੰਦੀ ਆ, ਜਦੋਂ ਗਰਮੀ ਹੁੰਦੀ ਉਦੋਂ ਇਹਨੂੰ ਠੰਡ ਚਾਹੀਦੀ ਹੁੰਦੀ ਆ। ਬਾਕੀ ਕਰਾਂਗੇ ਆਹ ਜਿਹੜੇ ਚੱਲੀ ਜਾਂਦੇ ਵੈਲੈਂਟਾਈਨ ਡੇ ਜੇ ਵਾਲੇ ਦਿਨ, ਮੈਂ ਸੈਰ ਕਰਾਂਗਾ ਫਿਰ ਕਰਦਿਆਂ ਗੱਲਾਂ ਬਾਤਾਂ, ਮੈਂ ਕੱਲ੍ਹ ਨਾ ਵੀਡੀਓ ਦੇਖੂੰਗਾ ਕੁਛ ਕੁ, ਤਾਂ ਉਹਦੇ ਕਰਕੇ। ਸੈਰ ਕਰਦੇ ਕਰਦੇ ਆਪਾਂ ਕਾਫੀ ਗਾਹਾਂ ਨਿਕਲੇ ਹਾਂ ਘਰ ਤੋਂ, ਅਤੇ ਆਹ ਹੁਣ ਜਿਵੇਂ ਕਿ ਚੱਲ ਰਿਹਾ ਹੈਗਾ ਨਾ ਵੈਲੈਂਟਾਈਨ ਡੇ ਵੀਕ, ਸੋ ਇਹਦੇ ਵਿੱਚ ਫਿਰ ਇੱਕ ਉਹਦੇ ਅੱਖਣ ਨੂੰ ਕਪਲ ਹੁੰਦਾ ਨਾ, ਸੋ ਆਪਦੀ ਲਵਰ ਜਾਂ ਲਾ ਲਓ ਆਪਣੀ ਗਰਲਫ੍ਰੈਂਡ ਆਪਣੀ ਵਾਈਫ ਦੇ ਲਈ ਹੈ ਨਾ ਫੁੱਲ ਫਲ ਲਿਆਉਂਦੇ ਆ, ਫਲਾਨਾ ਧਮਕਾਨਾ ਮਤਲਬ ਵਾਹਵਾ ਕੁਛ ਜਿਹਾ ਕਰਦੇ ਹੈਗੇ। ਸੋ ਆਪਾਂ ਵੀ ਪਿਛਲੇ ਸਾਲ ਜਿਹੜਾ ਵੈਲੈਂਟਾਈਨ ਡੇ ਵਾਲੇ ਦਿਨ ਦਵਿੰਦਰ ਵਾਸਤੇ ਲੈ ਕੇ ਆਏ ਸੀਗੇ, ਪਰ ਮੈਨੂੰ ਜਿੱਥੋਂ ਤੱਕ ਇਹ ਲੱਗਿਆ ਵੀ ਉਹ ਕਰਕੇ, ਕਿਉਂਕਿ ਜ਼ਿੰਦਗੀ 'ਚ ਪਹਿਲਾਂ ਤਾਂ ਆਪਾਂ ਕਦੇ ਇਹ ਜਿਹਾ ਕੁਛ ਕੀਤਾ ਨੀਗਾ। ਸੋ ਪਿਛਲੇ ਵਾਰੀ ਪਹਿਲੀ ਵਾਰੀ ਕਰਿਆ ਸੀਗਾ ਵੀ ਚਲੋ ਸੰਗ ਜੀ ਵੀ ਆਉਂਦੀ ਸੀ, ਪਰ ਕਈ ਜਿਹੜੇ ਆਪਣੇ ਵਰਗੇ ਹੈ ਨਾ ਪੰਜਾਬੀ ਹੈਗੇ ਵੀਡੀਓ ਵੀਡੀਓ ਬਣਾਉਣ ਦੇ ਚੱਕਰ 'ਚ ਬਣਾ ਲੈਂਦੇ ਆ, ਉਹ ਕਈ ਵਾਰੀ ਸਾਫ਼ ਹੀ ਪਤਾ ਲੱਗੀ ਜਾਂਦਾ ਹੁੰਦਾ। ਸੋ ਗੋਰੇ ਗਾਰੇ ਬਣਾਉਂਦੇ ਆ ਵੈਲੈਂਟਾਈਨ ਡੇ ਹੈ ਨਾ, ਸੋ ਉਹ ਹਰੇਕ ਦਿਨ ਆਏ ਜਾਂ ਕੋਈ ਆਪਦੀ ਗਰਲਫ੍ਰੈਂਡ ਨੂੰ ਸਰਪ੍ਰਾਈਜ਼ ਜਾਂ ਦਿੰਦੇ ਆ,
ਵੀ ਆਪਾਂ ਘੁੰਮਣ ਚੱਲਦੇ ਵਧੀਆ ਜਗ੍ਹਾ 'ਤੇ, ਉੱਥੇ ਫੁੱਲ ਦੇ ਤੇ ਪ੍ਰਪੋਜ਼ ਕਰਤਾ, ਰੋਜ਼ ਦੇਤਾ ਨਾ, ਸੁਹਾਗ ਕਰ ਲਿਆ। ਸੋ ਇੱਦਾਂ ਆਪਣੇ ਵਾਲੇ ਨੀਂਦ ਝੂਠੇ ਹੁੰਦੇ ਆ ਜੀ, ਲਿਆ ਕੇ ਫੁੱਲਾਂ ਦਾ ਗੁਲਦਸਤਾ ਜਾਂ ਮੂਹਰੇ ਰੱਖ ਦਿੰਦੇ ਆ, ਹੈਪੀ ਰਾਗ ਉਹ ਕੀ ਹੁੰਦੇ ਉਹਨੂੰ ਰੋਜ਼ ਡੇ ਹੈਂ। ਸੋ ਤਾਂ ਕਰਕੇ ਕਈ ਵਾਰੀ ਨਾ ਆਪਣੇ ਹੁੰਦੇ ਹੈਗੇ ਆਪਾਂ ਯਾਰ ਨੋਰਮਲ ਘਰਾਂ ਨਾਲ ਬਿਲੋਂਗ ਕਰਦੇ ਹਾਂ ਨਾ। ਸੋ ਮੈਨੂੰ ਵੀ ਪਹਿਲੀ ਵਾਰੀ ਸੀਗਾ, ਚਲੋ ਪਿਛਲੀ ਵਾਰੀ ਆਪਾਂ ਵੀ ਮਨਾਇਆ, ਪਰ ਹਰੇਕ ਵਾਰੀ ਨਹੀਂ ਯਾਰ ਮਨਾਇਆ ਜਾਂਦਾ, ਕਿਉਂਕਿ ਆਪਾਂ ਸੋਚਦੇ ਹਾਂ, ਕਿਉਂਕਿ ਆਪਣੀਆਂ ਲੋੜਾਂ ਅਤੇ ਜ਼ਰੂਰਤਾਂ ਹੀ ਇੰਨੀਆਂ ਹੁੰਦੀਆਂ, ਆਪਾਂ ਸੋਚੀਦਾ ਵੀ ਯਾਰ ਹਰੇਕ ਵਾਰੀ ਜਾਂ 500-400-700 ਰੁਪਈਆ 1000 ਰੁਪਈਆ ਕਿਸੇ ਆਪਾਂ ਕੋਈ ਹੋਰ ਕੰਮ 'ਤੇ ਲੱਗ ਗਏ ਹੈ ਨਾ। ਸੋ ਇਹ ਤਾਂ ਆਪਣੇ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਗਾ, ਪਤਾ ਹੀ ਹੁੰਦਾ ਵੀ ਦਿਲ ਦੇ ਵਿੱਚ ਕਿੰਨਾ ਕੁ ਇੱਕ ਦੂਜੇ ਲਈ ਪਿਆਰ ਆ ਜਾਂ ਮੋਹ ਪ੍ਰੇਮ ਹੈ ਨਾ। ਸੋ ਉਹ ਸਾਰਿਆਂ ਦੇ ਮੂਹਰੇ ਵੀਡੀਓ ਬਣਾਉਣ ਦੇ ਵਾਸਤੇ ਹੁੰਦਾ ਯਾਰ ਮੇਨ, ਤਾਂ ਜਿੱਥੋਂ ਤੱਕ ਮੈਂ ਸਮਝਦਾ ਗਾ, ਤੁਸੀਂ ਮੇਰੀ ਇਹ ਰਾਏ ਨਾਲ ਸਹਿਮਤ ਹੋ ਤਾਂ ਐਗਰੀ ਹੋ ਜਾਂ ਨਹੀਂ ਐਗਰੀ ਹੋ ਦੱਸਿਓ ਵੀ ਜ਼ਿਆਦਾਤਰ ਜਿਹੜੇ ਆਪਣੇ ਵਾਲੇ ਹੈਗੇ ਮੇਰੇ ਅੱਗੇ ਜਿਹੜੇ ਵੀਡੀਓ ਬਣਾਉਂਦੇ ਆ, ਉਹ ਜ਼ਿਆਦਾਤਰ ਇਹ ਜਿਹੀਆਂ ਚੀਜ਼ਾਂ ਵੀਡੀਓ ਬਣਾਉਣ ਦੀ ਖਾਤਰ ਕਰਦੇ ਆ ਵੀ ਲੈ ਲੈ ਐਂ ਪਹਿਲਾਂ ਕੈਮਰਾ ਫੜ ਲੈਣਾ, ਐਂ ਕਰਕੇ ਇੱਥੇ ਫੜ ਕੇ ਰੋਜ਼ ਐਂ ਜੇ ਲਿਆ ਕੇ ਲੈ ਤੇਰੇ ਵਾਸਤੇ, ਫਿਰ ਬੋਲਦੇ ਵੀ ਕੁਛ ਨਹੀਂ, ਫਿਰ ਜਾਂ ਤਾਂ ਐਕਸਪ੍ਰੈਸ ਤਾਂ ਕਰੋ ਨਾ ਫੀਲਿੰਗਸ, ਇਕੱਲਾ ਬਸ ਇੱਥੋਂ ਲਿਆ ਕੇ ਐਂ ਰੋਜ਼ ਦਾ ਅਤੇ ਬਸ ਐਂ ਬਸ ਫੜਾਉਣਾ ਹੀ ਹੁੰਦਾ ਉਹਦੇ ਘਰ ਵਾਲੀ ਨੂੰ ਜਾਂ ਆਪਣੀ ਗਰਲਫ੍ਰੈਂਡ ਨੂੰ ਹੈ ਨਾ। ਸੋ ਜਾਂ ਤਾਂ ਫੀਲਿੰਗਸ ਆਪਦੀਆਂ ਐਕਸਪ੍ਰੈਸ ਵੀ ਕਰੋ, ਸੋ ਗੋਰੇ ਗਾਰੇ ਜਿੱਦਾਂ ਕਰਦੇ ਹੈ ਨਾ। ਸੋ ਫਿਰ ਤਾਂ ਕਰਕੇ ਮੈਂ ਤਾਂ ਐਤਕੀ ਨਾ, ਬਾਕੀ ਦਵਿੰਦਰ ਵੀ ਗਈ ਵੀ ਹੈ ਜੇ ਇੱਥੇ ਵੀ ਹੁੰਦੀ ਆਪਾਂ ਤਾਂ ਵੀ ਕੋਈ ਬਣਾਉਣਾ ਬਣਾਉਣਾ ਨਹੀਂ ਸੀਗਾ। ਸੋ ਠੀਕ ਹੈਗਾ, ਆਪਦੀ ਪਰਸਨਲ ਗੱਲਬਾਤ ਆ, ਸੋ ਬਿਨਾਂ ਕੈਮਰੇ ਤੋਂ ਵੀ ਆਪਾਂ ਇਹ ਗੱਲਬਾਤ ਕਰ ਸਕਦੇ ਹਾਂਗੇ, ਤਾਂ ਕਰਕੇ ਮੈਨੂੰ ਇਹ ਚੀਜ਼ ਜੀ ਫੇਕ ਜੀ ਲੱਗਦੀ ਹੈਗੀ। ਅਤੇ ਤੁਸੀਂ ਦੱਸਿਓ ਬਾਕੀ ਜਾਂ ਤੁਹਾਨੂੰ ਕਿੱਦਾਂ ਲੱਗਦਾ ਗਾ, ਤੁਸੀਂ ਕਿੰਨਾ ਕੁ ਇਹ ਵੈਲੈਂਟਾਈਨ ਡੇ ਜਾਂ ਵੈਲੈਂਟਾਈਨ ਵੀਕ ਆ ਜਿਹੜਾ ਮਨਾਉਂਦੇ ਹੋ। ਅਤੇ ਬਾਕੀ ਹਾਂ, ਰੋਜ਼ ਵਾਲੀਆਂ, ਰੋਜ਼ ਡੇ ਵਾਲੀਆਂ, ਚੋਕਲੇਟਸ ਵਾਲੀਆਂ ਡੇ ਵਾਲੀਆਂ ਆਪਾਂ ਵੀਡੀਓ ਵਗੈਰਾ ਪਾ ਦਿੰਦੇ ਹਾਂ, ਅਤੇ ਜਿਹੜਾ ਹੱਗ ਡੇ ਕਿਸ ਡੇ ਸੋ ਇਹ ਵਾਲੀਆਂ ਵੀਡੀਓ ਕਾਹਤੋਂ ਨਹੀਂ ਪਾਉਂਦੇ ਫਿਰ, ਜਾਂ ਤਾਂ ਇਹ ਵੀ ਪਾਉਣੀਆਂ ਚਾਹੀਦੀਆਂ ਨਾ। ਸੋ ਇਸ ਕਥਨ ਨਾਲ ਮੇਰੇ ਨਾਲ ਤੁਸੀਂ ਸਹਿਮਤ ਹੋ ਤਾਂ ਇੱਦਾਂ ਕਰ ਦਿਓ, ਜੇ ਨਹੀਂ ਸਹਿਮਤ ਤਾਂ ਐਂ ਕਰ ਦਿਓ, ਕੋਈ ਚੱਕਰ ਨਹੀਂ ਗਾ। ਬਾਕੀ ਇਹ ਗੱਲਬਾਤ ਸੀਗੀ, ਚਲੋ ਉੱਥੋਂ ਤੱਕ ਕਰਿਆ ਗਏ ਸੈਰ, ਅਤੇ ਫਿਰ ਘਰ ਨੂੰ ਮੁੜਦੇ ਹਾਂਗੇ। ਸੈਰ ਕਰਦੇ ਕਰਦੇ ਸਾਹ ਚੜ੍ਹ ਜਾਂਦਾ, ਅੱਗੇ ਨਾ ਆਰਾਮਦਾਰੀ ਨਾਲ ਮੈਂ 20-25 ਕਿਲੋਮੀਟਰ ਰਨਿੰਗ ਕਰ ਲੈਂਦਾ ਸੀਗਾ, ਸਾਹ ਨਹੀਂ ਸੀ ਚੜ੍ਹਦਾ। ਹੁਣ ਪਤਾ ਨਹੀਂ ਤਾਂ ਵਿਹਲੇ ਰਹੇ ਹਾਂ ਕਿ ਸਾਰਾ ਸਿਆਲ ਖੋਆ ਖੋਆ ਖਾਈ ਗਏ ਹਾਂ, ਬਰਫੀ ਖਾਈ ਗਏ ਹਾਂ, ਸੋ ਉਹਦੇ ਕਰਕੇ ਨਾ ਸਾਹ ਜਿਹਾ ਚੜ੍ਹਦਾ ਗਾ। ਅਤੇ ਹੌਲੀ ਹੌਲੀ ਚਲੋ ਵਧਾਵਾਂਗੇ ਕੰਮ ਨੂੰ, ਅਤੇ ਵੇਟ ਵੂਟ ਘਟਾ ਕੇ, ਕਿਉਂਕਿ ਅਗਲੇ ਸਾਲ ਬੱਬੂ ਦਾ ਵਿਆਹ ਆਊਗਾ ਨਾ। ਸੋ ਫਿਰ ਵਿਆਹ 'ਚ ਥੋੜ੍ਹਾ ਜਿਹਾ ਫਿੱਟ ਫਾਟ ਜੇ ਬੰਦਾ ਹੋਵੇ ਨਾ, ਸੋਹਣਾ ਲੱਗਦਾ ਗਾ। ਸੋ ਜ਼ਿਆਦਾ ਹੀ ਫੈਟ ਜੀ ਹੋਵੇ ਉਹ ਵੀ ਨਹੀਂ ਸੋਹਣਾ ਲੱਗਦਾ ਗਾ। ਸੋ ਤਾਂ ਕਰਕੇ ਉਦੋਂ ਨੂੰ ਨਾ 10 ਕੁ ਕਿਲੋ ਭਾਰ ਘਟਾਵਾਂ, 90 ਕਰ ਲਾਂ, 90 ਤੱਕ ਨਾ ਵਧੀਆ ਸੋਹਣਾ ਲੱਗਦਾ ਗਾ ਬੰਦਾ। ਮਤਲਬ ਕਿ ਬਾਹਲਾ ਬਰੀਕ ਜਿਹਾ ਵੀ ਨਹੀਂ ਲੱਗਦਾ, ਬਾਹਲਾ ਐਂ ਵੀ ਨਹੀਂ ਲੱਗਦਾ ਮੋਟਾ, ਮਤਲਬ ਬੰਦਿਆਂ 'ਚ ਖੜ੍ਹਾ ਦਿਸਦਾ ਗਾ, 90-95 ਕਿਲੋ ਦਾ ਬੰਦਾ ਹੀ ਦਿਸਦਾ ਗਾ, 60-65 ਵਾਲਾ ਨਹੀਂ ਦਿਸਦਾ ਦੁਸਦਾ ਗਾ। ਸੋ ਚਲੋ ਘਰ ਵੀ ਆਪਣਾ ਲੱਗ ਹੀ ਰਹਿ ਗਿਆ, ਚੱਲ ਗਏ ਫਿਰ ਘਰ ਨੂੰ ਅਤੇ ਪੀ ਗਏ ਚਾਹ ਪਾਣੀ। ਤੜਕੇ ਉੱਠਣ ਸਾਰ ਪੀਤੇ ਕਹਿ ਦਿੰਦੀ ਆ, ਰਾਤ ਨੂੰ ਨਾ ਸੌਣ ਦਾ ਬਾਹਲਾ ਸ਼ਡਿਊਲ ਵਿਗੜਿਆ ਪਿਆ, ਤੜਕੇ ਤਾਂ ਨਾ 6 ਵਜੇ ਉੱਠਣਾ, ਫੋਨ ਰੱਖ ਦੇਣਾ ਪਰਾਂ ਕਰਕੇ। ਆਪਣਾ ਤਾਂ ਨਹੀਂ ਵਿਗੜਿਆ, ਲੈ ਖਵਾਓ ਯਾਰ 2 ਬਦਾਮ ਸਾਨੂੰ। ਕੌਣ? ਮੈਂ ਸੌਣਾ, ਜਿੰਨੇ ਵਜੇ ਮਰਜ਼ੀ ਉੱਠਦਾ ਤੇ ਉਨੇ ਵਜੇ ਖੜਦਾ। ਮੈਨੂੰ ਐ ਦੱਸੋ, ਜਦੋਂ ਆਪਾਂ ਸੌਣਾ ਤਾਂ 1 ਵਜੇ ਤੜਕੇ ਕਿਵੇਂ 5 ਵਜੇ ਉੱਠ ਖੜਾਂਗੇ?
ਹਾਂ ਲੱਗ ਜੂਗਾ ਪਤਾ। ਲਓ ਵੀ ਆ ਜਾਓ ਚਾਹ ਪੀ ਲਓ ਬਾਈ ਬਦਾਮਾਂ ਨਾਲ। ਕਿਹੜਾ ਕਿਹਦੀ ਕੌਣ? ਹਾਂ ਰਾਸ਼ੂ ਦੇ ਸਾਲੇ ਦੀ ਕੁੜੀ ਆ। 10:30 ਹੋ ਗਏ ਤੇ ਆਪਾਂ ਯਾਦ ਕੰਮ ਕਰਨ ਵੇਟ ਕੇ ਹੋ ਗਏ ਵਿਹਲੇ। ਤੇ ਇੱਧਰ ਮੰਮੀ ਹੋਰਾਂ ਪਕਾ ਰਹੀਆਂ ਨੇ ਰੋਟੀ ਸਬਜ਼ੀ। ਕਾਹਦੀ ਆਂਟੀ? ਗੋਭੀ ਨਾਲੇ ਕਹਿੰਦੀ ਥੋੜ੍ਹੀ ਨਹੀਂ, ਹੋਰ ਵੀ ਕੋਈ ਬਣਾਇਆ ਕਿ ਨਹੀਂ? ਚਲੋ ਫਿਰ ਬਣਾਓ। ਆਈ ਐਮ ਕਮਿੰਗ ਸੂਨ। ਮੈਂ ਚੱਲਾਂ ਮੰਡੀ। ਆ ਵੇਖ ਕੈਮਰਿਆਂ ਦੇ ਵਿੱਚ ਵੇਖ ਵੇਖੀ ਧਿਆਨ ਹੀ ਨਹੀਂ ਮਾਰਿਆ। ਫਿਰ ਜਿਹੜਾ ਕੰਮ ਕਰਨ ਲੱਗਿਆ ਤੈਨੂੰ ਇੱਧਰ ਦੇਖ ਕੇ ਪਤਾ ਲੱਗੂ। ਲੱਗ ਗਿਆ ਪਤਾ? ਹੁਣ ਲੱਗ ਗਿਆ ਪਤਾ? ਓ ਮਾਈ ਗੋਡ, ਲੱਗ ਗਿਆ ਪਤਾ ਕੀ ਕਰਨ ਚੱਲਿਆ? ਲੈਂਸ ਤੋੜ ਲੈ ਪਿਛਲੇ। ਹਾਂ ਲੈਂਸ ਪ੍ਰੋਟੈਕਟਰ ਲਵਾਉਣ ਚੱਲਿਆ। ਕਰੈਕ ਹੋ ਗਏ, ਪਤਾ ਨਹੀਂ ਇਹ ਕਿਵੇਂ ਟੁੱਟ ਗਏ, ਪਤਾ ਨਹੀਂ ਤਾਂ ਡਿੱਗ ਡੁੱਗ ਪਏ ਜਾਂ ਕਿੱਥੇ ਹੈ, ਦੋਵਾਂ ਤੋਂ ਕਰੈਕ ਹੋ ਗਏ। ਡਿੱਗਿਆ ਤਾਂ ਹੀ ਨਹੀਂ ਫੋਨ ਕਿਤੇ। ਇੱਕ ਦਿਨ ਉਦਣ ਡਿੱਗਿਆ ਜਿੱਦਣ ਆਏ ਸੀਗੇ ਉੱਥੋਂ, ਮੈਂ ਉਹਦੇ ਤੋਂ ਮੇਜ਼ ਤੋਂ ਕੈਮਰੇ ਟੁੱਟ ਗਏ 60 ਰੁਪਈਆਂ ਦੇ। ਟੈਨਸ਼ਨ 'ਚ ਬਹਿ ਗਈ ਮੰਮੀ, ਮਹਿੰਗਾ ਵਾਲਾ ਹੋਊਗਾ ਤਾਂ ਕਰਕੇ ਪ੍ਰੋਟੈਕਟਰ ਲਵਾਏ ਆ। ਰੋਟੀ ਆ ਕੇ ਖਾਊਂਗਾ। ਘਰ ਦੇ ਆਪਣਾ ਤੁਹਾਨੂੰ ਪਤਾ ਮੂੰਹ 'ਤੇ ਵਾਲਾ ਕਰਦੇ ਹੈਗੇ, ਭੁੱਖਾ ਜਾਣ ਨਹੀਂ ਦਿੰਦੇ, ਕਹਿੰਦੇ ਰੋਟੀ ਘਰੋਂ ਖਾ ਕੇ ਜਾਈ ਐਵੇਂ ਉੱਥੇ ਨਾ 10-20 ਲਾਈ। ਚਲੋ ਕੋਈ ਗੱਲ ਨੀ, ਘਰੋਂ ਖਾ ਕੇ ਜਾ ਵੜਦੇ ਆ। ਮੰਡੀ ਕਿਹੜੇ? ਮੇਰੀ ਮਾਂ ਬੈਠੀ ਆ ਉੱਥੇ, ਲਾਉਣ ਮੇਰੇ ਵਾਸਤੇ ਰੋਟੀਆਂ ਕਿ ਨਹੀਂ ਆਂਟੀ? ਠੰਡ ਵਾਲੀ ਸੀਗੀ, 12 ਵਜੇ ਗਏ ਸੀ, ਰੋਟੀ ਖਾ ਕੇ ਨੀ ਗਏ ਸੀਗੇ, 1:30 ਵੱਜ ਗਿਆ। ਪਰ ਰੋਟੀਆਂ ਤਾਂ ਖਾਣਗੇ ਸੀਗਾ ਜੀ, ਤਾਂ ਕਿਉਂ ਨੀ ਕਰਦਾ ਪੈਸੇ ਲਾਉਣ ਨੂੰ, ਮੇਰਾ ਜੀ ਨੀ ਕਰਦਾ ਆਪਣਾ ਵੀ ਦਿਲ ਜੇ ਨੀ ਵਗਦਾ ਪੈਸੇ ਲਾਉਣ ਨੂੰ ਬੇਫਾਲਤੂ ਕਿਤੇ ਵੀ ਨਾ ਜਮਾ ਨੀ। 5 ਰੁਪਏ ਲਾਈ ਦੇ ਆਪਾਂ ਤਾਂ, ਲਓ ਪਕਾਓ ਇੰਨੇ ਤਾਂ ਮੈਂ ਮੁੜ ਵੀ ਆਉਂਦਾ। ਲਫੜੇ ਬਹਿਣਗੇ ਚੱਕ ਲੈ ਤੂੰ ਨਾ, ਮੇਰੇ ਤੋਂ ਛਿੱਤਰ ਨਾ ਖਾਣੀ ਉੱਡ ਗਏ ਤੇਰੇ। ਮੈਂ ਦੱਸੀ ਜਾਂਦਾ ਫਿਰ ਜਾਣ ਜਾਣ ਕੇ ਪੰਗੇ ਲੈਂਦੀ ਹੈਗੀ, ਲਫੜੇ ਖਾਣ ਤੋਂ ਟਲਦੀ, ਗਾਲ ਗੂਲ ਕੁਛ ਨੀ ਕੱਢੀ। ਚੱਲ ਗਏ ਬਾਪੂ ਜੀ ਹੈਂ, ਬੋਲੇ ਨੀ ਗਏ ਯਾਰ। ਮੈਨੂੰ ਕੀ ਮੈਂ ਕਹਾਂ ਯਾਰ ਇਸ ਗੱਲ ਬਾਰੇ, ਮੈਂ ਕੀ ਚਾਨਣਾ ਪਾਵਾਂ, ਮੈਨੂੰ ਤਾਂ ਸਮਝੋ ਬਾਹਰ ਆ ਕੀ ਕਹਿ ਗਿਆ, ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਆਂਟੀ। ਦਮ ਤਾਂ ਲਈ ਲਿਆ ਹੁਣ ਪੱਠੇ ਪੁੱਠੇ ਰਲਾ ਕੇ, ਹੁਣ ਚੱਲ ਪਿਆਂਗੇ ਆਪਾਂ ਖੇਤ ਵੱਲ ਨੂੰ। ਸੋ ਖੇਤ ਵੱਲ ਅੱਜ ਕੀ ਕਰਨ ਡਏ ਆਪਾਂ? ਅੱਜ ਆਪਾਂ ਡਏ ਹਾਂ ਮੂਲੀਆਂ ਗੁੱਡਣੀਆਂ। ਸੋ ਮੂਲੀਆਂ ਊਂ ਨਹੀਂ ਵੱਧਦੀਆਂ ਇਹ, ਜੇ ਇਹਨਾਂ ਨੂੰ ਇੱਕ ਵਾਰੀ ਗੁੱਡ ਕੇ ਮਾੜੀ ਮਾੜੀ ਮਿੱਟੀ ਲਾ ਦਈਏ ਨਾ, ਫੇਰ ਗੱਲ ਬਣ ਸਕਦੀ ਆ, ਮਤਲਬ ਕਿ ਫੇਰ ਇਹ ਹੋਰ 10-15 ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਣਗੀਆਂ, ਅਤੇ ਜਲਦੀ ਜਲਦੀ ਪੱਟ ਕੇ ਵੇਚਾਂ, ਵਾਹਣ ਕਰਾਂ ਵਿਹਲਾ। ਅਤੇ ਤਾਂ ਕਰਕੇ ਤਰਪਾਲੀ ਆਪਾਂ ਚੱਕ ਲਈ ਆ, ਲੱਗ ਜਾਈਏ ਫਿਰ ਅੱਜ ਪਹਿਲੀ ਕਿਆਰੀ ਤੋਂ। ਬੋਲੋ ਵਾਹਿਗੁਰੂ ਵਾਹਿਗੁਰੂ। ਤਰਪਾਲੀ ਆਪਾਂ ਮਾਰਤੀ ਆ, ਹੁਣ ਡੈਡੀ ਮੈਨੂੰ ਕਹਿੰਦਾ ਵੱਡਾ ਖਸੌਲਾ ਚੱਕ ਲਿਆ। ਮੈਨੂੰ ਐਂ ਸੀਗਾ ਵੀ ਚੱਲ ਡੈਡੀ ਗੁੱਡ ਦੂਗਾ, ਮੈਂ ਪੱਠੇ ਵੱਢ ਲੂੰ, ਕਹਿੰਦਾ ਐਂ ਕਰ ਤੂੰ ਮੇਰੇ ਨਾਲ ਗੜਾ ਇਹ, ਫਿਰ ਮੈਂ ਲਿਆਊਂਗਾ ਆਪਣੀ ਪਨੀਰੀ ਲੈਣ। ਮੈਂ ਚਲੋ ਕੀ ਕਰ ਸਕਦੇ ਹਾਂ ਫਿਰ ਭਾਈ, ਗੜਾ ਦਿੰਦੇ ਹਾਂ। ਅੱਧੀ ਕੁ ਤਾਂ ਗੁੱਡੀ ਗਈ, ਅੱਧੀ ਕੁ ਰਹਿ ਗਈ ਜਾਗੀ, ਗੁੱਡਣ ਤੋਂ ਬਾਅਦ ਵੱਢ ਲਾਂਗੇ ਪੱਠਿਆਂ ਦਾ ਕੀ ਆ। ਸ਼ਾਬਾ, ਹਜੇ ਗੁੱਡ ਕੇ ਇੱਕ ਵਾਰੀ ਤਰਪਾਲੀ ਹੋਰ ਵੱਜੂ, ਪੋਲੀ ਹੋ ਜੂਗੀ ਮਿੱਟੀ, ਫਿਰ ਲਾਵਾਂਗੇ ਕਿਤੇ ਜਾ ਕੇ।
ਗੁੱਡ ਕੇ ਕਰਤਾ ਜਮਾ ਚੂਰੀ ਵਰਗਾ ਆਪਾਂ ਸਮਾਨ ਤੇ ਬਸ ਹੁਣ ਇਹਨੂੰ ਮਿੱਟੀ ਲਾ ਦਿਆਂਗੇ ਕੇਰਾਂ ਨੂੰ। ਮੇਰਾ ਇਰਾਦਾ ਨਾ ਵੀ 20 ਮਿੰਟ ਇਹਨੂੰ ਹਵਾ ਜੀ ਲੱਗ ਲੈਣ ਦੀਏ, ਥੋੜ੍ਹੀ ਜਿਹੀ ਭੁਰਪਰੀ ਜੀ ਬਣ ਜੂਗੀ, ਉਨੇ ਚਿਰ ਪੱਠੇ ਵੱਢ ਲਾਂਗੇ। ਤੇ ਡੈਡੀ ਵਰਗੇ ਲੈਣ ਗਏ ਹੈਗੇ ਆਪਣਾ ਪਨੀਰੀ ਗੰਢਿਆਂ ਦੀ, ਕਿਉਂਕਿ ਆਪਣੇ ਮਾਲੀ ਕੋਲ ਵੀ ਹੈਗੀ, ਉਹ ਥੋੜ੍ਹੀ ਜਿਹੀ ਬਰੀਕ ਹੈਗੀ, ਤਾਂ ਆਪਾਂ ਨੂੰ ਐਂ ਵੀ ਇਹਦੇ 'ਚ ਨਾ ਥੋੜ੍ਹੇ ਜਿਹੇ ਮੋਟੇ ਲੱਗ ਜਾਣ ਤਾਂ ਆਪਾਂ ਇਹ ਛੇਤੀ ਪੱਟ ਕੇ ਵੇਚ ਦਿਆਂਗੇ ਜੇ ਡੈਡੀ ਹੁਣੇ ਆ ਗਏ 10-15 ਮਿੰਟਾਂ ਦੇ ਵਿੱਚ ਵਿੱਚ। ਫਿਰ ਹੁਣ ਸਾਫ਼ ਸਫਾਈ ਕਰਕੇ ਨਾ ਅੱਜ ਇਹਦੇ ਜਿਹੜੇ 10-11 ਖਾਲੀਆਂ ਹੈਗੀਆਂ, ਸੋ ਲਾ ਕੇ ਇਹਦੇ 'ਤੇ ਪਨੀਰੀ ਅਤੇ ਪਾਣੀ ਦੀਆਂ ਛੱਡ ਕੇ ਭਰ ਦਿਆਂਗੇ। ਅਤੇ ਜਿਹੜੀ ਹੁੰਦੀ ਆ ਆਪਣੀ ਤੋਰੀ, ਤੋਰੀ ਮਗਰੋਂ ਲੱਗਦੀ ਹੁੰਦੀ ਆ 2-3 ਦਿਨ ਜਦੋਂ ਥੋੜ੍ਹਾ ਜਿਹਾ ਅੱਠਰ ਜੇ ਜਾਵੇ, ਭੁਰਭਰਾ ਜਿਹਾ ਹੋ ਜੇ। ਸੋ ਕੇਰਾਂ ਪਹਿਲਾਂ ਇਹਦੇ 'ਤੇ ਕੀ ਹੈ ਮੇਨ ਫੋਕਸ ਪਿਆਜ਼ ਦਾ, ਅਤੇ ਇਹ ਵੀ ਉਦੋਂ ਨੂੰ ਭੁਰਭਰੀ ਹੋ ਜੂਗੀ, ਨਾਲੇ ਇਹਦੀ ਮਿੱਟੀ ਲਾ ਦਿਆਂਗੇ, 2 ਕੇਰੀਆਂ ਰਹਿ ਜਾਣਗੀਆਂ, ਉਹ ਹਜੇ 1-2 ਦਿਨਾਂ ਤੱਕ ਲਾਵਾਂਗੇ ਕਿਉਂਕਿ ਉਹਨਾਂ ਥੋੜ੍ਹੀਆਂ ਜਿਹੀਆਂ ਹੈਗੀਆਂ ਗਿੱਲੀਆਂ ਬਈ। ਸੋ ਇੰਨੀ ਕੁ ਸੀ ਗੱਲ ਅਤੇ ਇੰਨੀ ਕੁ ਸੀ ਬਾਤ, ਉੱਤੋਂ ਪੈ ਗਈ ਰਾਤ, ਕੋਕੂ ਦੇ ਦੋ ਬੱਚੇ ਦੇਖ ਦੇਖ ਕੇ ਹੱਸੇ। ਲੈ ਵੀ ਪੀਤੇ, ਤੇਰੇ ਨਾਲ ਅੱਜ ਕਮਿਟਮੈਂਟ ਹੋ ਗਈ, ਪੀਤੇ ਨਾਲ ਕਮਿਟਮੈਂਟ ਹੋ ਗਈ। ਜਿਹੜੇ ਮੇਰੇ ਆਹ ਵਾਲੇ ਹੈੱਡਫੋਨ ਲੱਗੇ ਮੇਰੇ, ਇਹ ਕਹਿੰਦੇ ਮੈਨੂੰ ਤੂੰ ਇੱਕ ਵਾਰੀ ਕਹਿ ਦੇ ਮੇਰੇ ਹੈੱਡਫੋਨ ਨਾ ਚੱਕੀ, ਅਤੇ ਮੈਂ ਆਪ ਨਵੇਂ ਲਿਆ। ਮੈਂ ਤੈਨੂੰ ਕਹਿ ਤਾ ਬਸ ਤੂੰ ਲਿਆ ਨਵੇਂ, ਨਵੇਂ ਲਿਆ ਮੈਂ ਤੂੰ ਚਾਰਜ ਤੇ ਲਾਏ ਵੇ ਉਹ ਚੱਕੀ ਨਾ, ਕੁੱਟ ਕੁੱਟ ਕੇ ਮਹਿੰਦੀ ਜੀ ਖਲਿਆਰ ਤੂੰ ਸਾਰੀ। ਕਿੱਥੇ ਆ ਗਿਆ ਪਾਪਾ, ਹੈ ਮੰਮੀ? ਯਾਰ ਜੇ ਮੈਂ ਮੁੰਡਾ ਹਾਂ ਤਾਂ ਫਿਰ ਮੈਂ ਨਹੀਂ ਲਾ ਸਕਦਾ ਸਿਰ ਤੇ ਵਹਿੰਦੀ, ਆਪਨੇ ਵੇਖ ਸਾਰਾ ਭਰ ਰੱਖਿਆ ਗਾ। ਮੈਨੂੰ ਕਹਿੰਦੀ ਮੁੱਕ ਹੀ ਗਈ, ਮੇਰੇ ਵਾਰੀ ਮੁੱਕ ਗਈ, ਮੈਂ 3 ਪੈਕਟ ਲਿਆ ਕੇ ਰੱਖੇ ਘਰੇ, ਤੇ ਰੱਖੇ ਹੋਣਗੇ ਫਿਰ ਸਾਰਿਆਂ ਨੇ ਲਾਈ ਆ, ਮੈਂ ਤਾਂ 5-4 ਮਹੀਨੇ ਬਾਅਦ ਲਾਈ ਆ। 5-4 ਮਹੀਨੇ ਬਾਅਦ ਹੀ ਇਹਨੇ ਸਾਰੀ ਕਿੱਕਰੀ ਚ ਲਾਤੀ, ਦੋ ਲਾਈਆਂ, ਉਹ ਜੂੜੇ ਤੱਕ ਵੀ ਲਾਈ ਬੈਠੀ ਹੈਗੀ, ਇੱਥੋਂ ਤੱਕ ਵੀ ਨਹੀਂ ਛੱਡੀ ਹੈਗੀ, ਇੱਥੇ ਤਾਂ ਨਾ ਲਾਓ। ਮੈਂ ਕਿਹੜਾ ਮੰਮੀ ਵਰਗਾ ਨੂੰ ਜੂੜਾ ਕਰਨਾ, ਮੈਂ ਤਾਂ ਪੋਨੀ ਕਰਨੀ ਹੁੰਦੀ ਆ, ਪੋਨੀ ਵੀ ਤਾਂ ਦੇਖਦੀ ਹੋਈ ਆ। ਫਿਰ ਬਈ ਅਸੀਂ ਮੈਂ ਕਹਿੰਦਾ ਠੀਕ ਆ ਨਾ ਮਾਰ ਲਗੇ ਕਿਤੇ, ਜਿਹੜੇ ਮਹਿੰਦੀ ਬਣਾਉਂਦੇ ਆ ਇਕੱਠਾ, 5 ਮਹੀਨੇ ਬਾਅਦ ਜਿਹੜਾ ਡੱਬਾ ਲਾਣੇ ਦੀ ਕੋਈ ਗੱਲ ਨਹੀਂ। ਮੇਰੀ ਗੱਲ ਸੁਣ, ਗੱਟਾ ਤੂੰ ਬਿਨਾ ਗੱਲ ਤੋਂ ਲਾਉਣਾ ਗੱਟਾ, ਮੇਰੇ ਤਾਂ ਲੱਗਦੀ ਬਈ 5 ਰੁਪਈਆਂ ਦੀ ਮਹਿੰਦੀ ਲੱਗਦੀ ਆ, ਏਡੇ ਏਡੇ ਦਾ ਵਾਲ ਆ। 5 ਦੀ ਮਹਿੰਦੀ ਕੋਈ ਨਹੀਂ, ਕੁੜੀ ਲੱਗਦੀ ਇੱਕ। ਮੰਮੀ ਜੂੜਾ ਲਾਈ ਜਾਂਦਾ, ਲੈ ਜੂੜਾ ਤਾਂ ਬੰਨੇ ਬੜਾ, ਪਹਿਲਾਂ ਤਾਂ ਮੈਂ ਸੋਚਿਆ ਮੈਂ ਕਿਤੇ ਗੁੱਤ ਕਰਕੇ ਉੱਤੇ ਲਾਈ ਫਿਰਦੀ ਆ ਮਹਿੰਦੀ, ਉਹ ਮਗਰੋਂ ਪਤਾ ਲੱਗਿਆ ਰੀਵਨ ਮੈਨ ਜਾ ਚੜਾ ਆ, ਛੱਡ ਦੇ ਮੰਮੀ ਇਹਨੂੰ ਖੜਾ ਜਾਂ ਭੱਜ ਕੇ ਜਾ ਵੇਖ ਕੇ ਆ। ਮੈਨੂੰ ਤਾਂ ਯਾਰ ਸੀਰੀਅਸ ਹੀ ਨੀ ਲੈਂਦੇ, ਪਰ ਲੱਗਦਾ ਕੋਈ ਨਾ ਕੋਈ ਕਾਂਡ ਕਰਨਾ ਹੀ ਪਊਗਾ, ਦਿਖਾਉਣਾ ਹੀ ਪਊ, ਇਹਨਾਂ ਨੂੰ ਜਲ ਵਾਟਾਂ ਬਾਅਦ ਚੱਕਣਾ ਹੀ ਪਊ ਮੈਨੂੰ। ਲੋ ਵੀ ਅੱਜ ਸਾਰੇ ਜਣੇ ਹੁਣ ਲੱਗੇ ਪਏ ਹੈਗੇ, ਤੇ ਆਹ ਡੈਡੀ ਗਲਿਆ ਸੀਗਾ ਗੰਢੇ, ਆਹ ਦੇਖੋ ਬਈ ਆਹ ਪਨੀਰੀ ਹੈਗੀ ਜਿਹੜੀ ਆਪਾਂ ਲਾਉਣੀ ਆ, ਰੰਗ ਬਿਰੰਗੀ ਕਰੀ ਪਈ ਨਾ ਕੁਦਰਤ ਦੇ ਰੰਗ ਨਿਆਰੇ, ਉਤਰੋਂ ਖਾਕੀ ਨਾਭੀ ਤੇ ਲਾਲ, ਤੇ ਇਧਰੋਂ ਮੰਮੀ ਵਰਗੀਆਂ ਕੱਢੀ ਜਾਂਦੀਆਂ ਨੇ ਛੋਲੀਆ, ਤੇ ਅੱਜ ਬਣਾਵਾਂਗੇ ਆਪਾਂ ਛੋਲੀਆ ਤੇ ਮਸ਼ਰੂਮ। ਸੋ ਮਸ਼ਰੂਮ ਦੀ ਖਾਵਾਂਗੇ ਸਬਜ਼ੀ, ਤੇ ਹੁਣ ਪੀਤ ਨੇ ਤਾਂ ਲਵਾ ਲਈ ਹੈਗੀ, ਇਹ ਤਾਂ ਸੁੱਕ ਗਈ ਮਹਿੰਦੀ, ਆਪਾਂ ਵੀ ਲਵਾ ਲਈ, ਆਂਟੀ ਵਿਹਲੀ ਸੀ। ਹੈਂ ਬਦਾਮ ਲਿਆ ਆ, ਮੈਂ ਕਿਹਾ ਇਹਨਾਂ ਅੱਗੇ ਬਹੁਤ ਦਿਮਾਗ ਤੇਜ਼ ਆ ਲੜਨ ਨੂੰ, ਤੇ ਮੈਨੂੰ ਖਾਣੇ ਚਾਹੀਦੇ ਆ ਜਿਹੜਾ ਫੇਰ ਹੀ ਮੈਂ ਜਵਾਬ ਦਿਆ ਕਰੂ ਕਿ ਨਹੀਂ ਬਈ, ਫੇਰ ਹੀ ਬਰੋਬਰ ਦਾ ਹੋ ਕੇ ਟੱਕਰੂਗਾ। ਲੈ ਲਾ ਆਂਟੀ ਕਰਾਂ ਮਹਿੰਦੀ ਆਪਣੇ ਸਿਰ ਤੇ, ਤਾਂ ਹੀ ਤਾਂ ਦਿਮਾਗ ਤੇਜ਼ ਆ, ਤਾਂ ਹੀ ਤਾਂ 5 ਚੱਕਾ ਲੈਣਾ ਤੁਹਾਡੇ ਨਾਲ, ਨਹੀਂ ਤਾਂ ਖਰਾਬ ਕਰ ਦਿਓ ਕੀ। ਫੇਰ ਹੀ ਤਾਂ ਟਾਕਰਾ ਲਈਦਾ ਆਪਾਂ, ਕੁੜੀਆਂ ਨੂੰ ਤਾਂ ਥੋੜੇ ਦਿੱਤੇ ਬਦਾਮ, ਕੁਝ ਨੂੰ ਜ਼ਿਆਦਾ ਦਿੱਤੇ। ਹੁਣ ਮੈਂ ਖਾਂਦਾ ਹੀ ਨਹੀਂਗਾ, ਹੁਣ ਤੁਸੀਂ ਖਾਂਦੇ ਆ, ਆਪਾਂ ਤਾਂ ਖਾਈਦੇ ਨਹੀਂ।
ਲਓ ਵੀ ਅੱਜ ਜਿਹੜੇ ਕਾਫੀ ਦਿਨਾਂ ਬਾਅਦ ਆਪਾਂ ਗੱਡੀ ਸਟਾਰਟ ਕਰਨ ਲੱਗੇ ਹੈਗੇ ਤੇ ਅੱਜ ਜਾ ਰਹੇ ਹਾਂ ਮੰਡੀ ਮੰਡੀ ਕਰਨ। ਕੱਲ ਨੂੰ ਹੈਗਾ ਜੀ, ਕੱਲ ਨੂੰ ਕਿੰਨੀ ਤਰੀਕ ਆਂਟੀ? 10 ਕੱਲ ਨੂੰ ਹੈਗੀ ਆ ਵੀ 10 ਫਰਵਰੀ ਮਿਲ ਵੀ 10 ਫਰਵਰੀ ਹੈ ਨਾ, ਅੱਜ 9 ਆ ਤੇ ਕੱਲ ਨੂੰ ਹੈਗੀ ਆ ਮੈਂ ਘਰ ਗਿਆ ਦੀ ਮਹਿਕ ਦੀ ਤੇ ਜੋਤ ਦੀ ਐਨੀਵਰਸਰੀ, ਸੈਕਿੰਡ ਐਨੀਵਰਸਰੀ। ਸੋ ਪਹਿਲੀ ਐਨੀਵਰਸਰੀ ਸੀਗੀ ਜਲੰਧਰ ਮੈਨ ਲੱਗਦਾ, ਤੇ ਉਦੋਂ ਆਪਾਂ ਨਹੀਂ ਤੀਜੀ ਆਂਟੀ ਹੈ ਨਾ, ਤੀਜੀ ਹੈ ਨਾ, ਪਹਿਲੀ ਆਪਾਂ ਗਏ, ਪਹਿਲੀ ਤੇ ਗਏ ਸੀ ਉੱਥੇ, ਪਹਿਲੀ ਜਲੰਧਰ ਗਏ ਸੀਗੇ, ਦੂਜੀ ਤੇ ਪਤਾ ਨਹੀਂ ਕਿੱਥੇ ਗਏ ਸੀਗੇ ਅਸੀਂ, ਹਾਂ ਤੇ ਤੀਜੀ ਹੈਗੀ। ਸੋ ਕੱਲ ਨੂੰ 3 ਸਾਲ ਹੋ ਜਾਣੇ ਮੈਂ ਕਿ ਐਨੀਵਰਸਰੀ, ਸੋ ਉਹਨਾਂ ਵਾਸਤੇ ਕੁਛ ਨਾ ਕੁਛ ਗਿਫਟ ਲੈ ਕੇ ਆਉਣੇ। ਹਾਂ ਉਦੋਂ ਵੀ ਇੱਥੇ ਹੈ ਨਹੀਂ ਸੀ, ਉਦੋਂ ਜਲੰਧਰ ਸੀਗੇ। ਤੇ ਲਓ ਵੀ ਹੁਣ ਚੱਲਦੇ ਹਾਂ, ਕੋਈ ਨਾ ਕੋਈ ਗਿਫਟ ਵਗੈਰਾ ਲੈ ਕੇ ਆਉਣੇ ਉਹਨਾਂ ਵਾਸਤੇ, ਗੱਡੀ ਕਰੀਏ ਵਾਰਮ ਅਪ ਤੇ ਨਿਕਲ ਗਏ। ਤੁਸੀਂ ਫਿਰ ਦੀਦੀ ਕੀ ਸੋਚਿਆ ਵੀ ਕੀ ਤੁਸੀਂ ਗਿਫਟ ਦੇ ਰਹੇ ਹੋ? ਬਾਕੀ ਜਿਹੜੀ ਚੀਜ਼ ਲਵਾਂਗੇ ਉਹ ਤਾਂ ਤੁਸੀਂ ਦੇਖੋਗੇ ਤਾਂ ਮਹਿਕ ਕੇ ਵਲੌਗ ਚ ਜਾ ਕੇ। ਸੋ ਚਲੋ ਦੇਖਦੇ ਆ ਬਾਕੀ ਕੀ ਲੱਗੇ ਚੱਲ ਕੇ। ਤੇ ਕਿਤੇ ਮੋਮੋਸ ਖਵਾਏਗੀ? ਮੋਮੋਸ ਤੇ ਬਰਗਰ ਆ ਜਿਦਾ ਕੋਰਨ ਕੂਰਨ, ਹਾਂ ਚਾਂਪ ਵੀ ਬਹੁਤ ਸਵਾਦ ਬਣਾਉਂਦੇ, 60 ਰੁਪਈਆਂ ਦੀ 70 ਹੀ ਦਿੰਦੇ ਆ ਆਪ। ਕਾਫੀ ਸਮਾਨਾ ਪਾਣੀ ਆ ਗਿਆ ਮੰਡੀ ਦਾ ਨਵਾਂ ਨਵਾਂ, ਸਮਾਨ ਸਮੂਹ ਲੈ ਲਿਆ ਮੈਂ ਘਰ ਗਿਆ ਦੇ ਲਈ, ਤੇ ਵੀ ਉਹਨਾਂ ਨੂੰ ਪਸੰਦ ਆਵੇ। ਤੇ ਬਾਕੀ ਹੁਣ ਆਪਾਂ ਛਕਣ ਲੱਗੇ ਚਾਪ। ਆ ਮੈਨੂੰ ਇੱਕ ਗੱਲ ਦੱਸਿਓ, ਮੈਂ ਲਈ ਸੀਗੀ ਅਫਗਾਨੀ ਤੇ ਇਹਨਾਂ ਨੇ ਲਈ ਸੀਗੀ ਮਲਾਈ, ਸਾਲਾ ਅਲੱਗ ਇੱਕੋ ਜਿਹੀ ਰਹੀ ਹੈ, ਇਹ ਵੀ ਹੋਏ ਜੀ ਲੱਗਦੀ, ਇਹ ਵੀ ਹੋਏ ਜੀ। ਇਹਨਾਂ ਨੇ ਦੋਨਾਂ ਨੇ ਫੁੱਲ ਲਈ ਸੀ, ਤੁਹਾਡੇ ਵੀਰ ਨੇ ਫਿਰ ਇਕੱਲੇ ਨੇ ਫੁੱਲ, ਕਿਉਂਕਿ ਆਪਣਾ ਹੈਗਾ ਥੋੜ੍ਹਾ ਜਿਹਾ ਢਿੱਡ ਵੱਡਾ। ਸੋ ਤਾਂ ਕਰਕੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਪਈ ਆ, ਪਾਣੀ ਵੀ ਬਹੁਤ ਆਈ ਜਾਂਦਾ ਮੂੰਹ 'ਚ ਖਾਣ ਵਾਸਤੇ। ਅਤੇ ਇੱਧਰ ਵੀ ਝੰਬੀ ਤੁਰੀਆਂ ਆਉਂਦੀਆਂ, ਸਵਾਦ ਆ ਕਿ ਨਹੀਂ? ਨਹੀਂ ਸਵਾਦ? ਅੱਛਾ, ਮੈਂ ਫਿਰ ਜੇ ਨਹੀਂ ਸਵਾਦ ਤਾਂ ਹਮ ਹੈਗੇ ਹਾਂਗੇ ਨਾ, ਟੈਨਸ਼ਨ ਨਹੀਂ ਲੈਣੀ ਇੰਨੀ। ਅਤੇ ਲਓ ਵੀ ਛੱਕਦੇ ਹਾਂਗੇ ਚਾਂਪ, ਉਹ ਤੋਂ ਬਾਅਦ ਚੱਲਦੇ ਹਾਂ ਘਰ ਨੂੰ। ਲਓ ਵੀ ਡੈਡੀ ਨੇ ਹੁਣੇ 2 ਟੋਕਰੇ ਭਰ ਕੇ ਰੱਖਤੇ, ਹਜੇ ਪੌਣੇ ਤਾਂ ਹੈਗੇ ਹੈਗੇ ਜਿਹੜੇ ਆ ਮੋਰਨਿੰਗ। ਅਤੇ ਲਓ ਵੀ ਆਪਣਾ ਰੋਟੀ ਨੂੰ ਹਜੇ ਲੱਗਣਗੇ 10-15-20 ਮਿੰਟ। ਸੋ ਉਹਦੇ ਕਰਕੇ ਮੈਂ ਸੋਚਿਆ ਵੀ ਚਲੋ 10 ਮਿੰਟ ਦਵਿੰਦਰ ਨੂੰ ਫੋਨ ਲਾ ਕੇ ਹਾਲ ਚਾਲ ਪੁੱਛਿਆ ਵਾ, ਨਾਲੇ ਇੱਥੇ ਆਪਣੀ ਪਈ ਅਤੇ ਤੋਰਾ ਫੇਰਾ ਜਿਹਾ ਕਰ ਲਈਏ, ਸੈਰ ਸਪਾਟਾ ਹੋ ਜੂਗਾ। ਉਹ ਤੋਂ ਬਾਅਦ ਆ ਕੇ ਰੋਟੀ ਆਪਾਂ ਜਿਹੜੀ ਆ ਛਕਾਂਗੇ, ਅਤੇ ਵਧੀਆ ਹੈ ਨਾ ਸਮਾਨ ਸਮੂਨ ਲਿਆਉਂਦਾ ਮੈਂ ਘਰ ਗਿਆ ਤੇ। ਚਲੋ ਹੁਣ ਕੱਲ੍ਹ ਨੂੰ ਕਰਦੇ ਹਾਂਗੇ ਫਿਰ ਪਾਰਟੀ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਇੱਕ ਹੋਰ ਇੱਦਾਂ ਦੀ ਨਵੇਂ ਜਿਹੇ ਵਲੋਗ ਨਾਲ। ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਦੇਖੀ ਆ ਲਾਈਕ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ, ਜਿਹੜੇ ਜਿਹੜੇ ਚੈਨਲ 'ਤੇ ਨਵੇਂ ਜੁੜੇ ਆ ਕਰ ਲਿਓ ਬਾਈ ਸਬਸਕ੍ਰਾਈਬ। ਸੋ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਬ ਕੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਇੱਕ ਹੋਰ ਇੱਦਾਂ ਦੀ ਘੈਂਟ ਜੇ ਵੱਡੇ ਸਾਰੇ ਵਲੋਗ ਦੇ ਨਾਲ। ਟਿਲ ਦਿਨ ਬਾਬਾ, ਟੇਕ ਕੇਅਰ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ, ਗੁੱਡ ਨਾਈਟ।